ਇੰਜ ਮਾਨੇ ਵੇਖਿਆ ਸਵਰ ਨੂੰ ਸ਼ਬੀਰ ਦੀ ਝੋਲੀ ਪਾ ਕੇ। ਅਗਲੀ ਗੱਲ ਤੇ ਛੋਟੀ ਔਲਾਦ ਵਾਲਾ ਤੇ ਕੋਈ ਐਸਾ ਬੰਦਾ ਨਹੀਂ ਜਿਹਦੀ ਹਾਏ ਨਾ ਨਿਕਲੇ ਦੀ। ਇੰਜ ਮਾਨੇ ਵੇਖਿਆ ਸਵਰ ਨੂੰ ਸ਼ਬੀਰ ਦੀ ਝੋਲੀ ਪਾ ਕੇ। ਹੁਣ ਪੁੱਛੋ ਕਿਵੇਂ ਦਿੱਠਾ। ਇੰਜ ਮਾਨੇ ਵੇਖਿਆ ਸਵਰ ਨੂੰ ਸ਼ਬੀਰ ਦੀ ਝੋਲੀ ਪਾ ਕੇ। ਜਿਵੇਂ ਮਈਅਤ ਵੇਖੀ ਵਸਦੇ ਸੂਰਜ ਦੀ ਗਰਮੀ ਤੋਂ ਅਸਗਰ ਦੀ ਲਾਸ਼ ਬਚਾਣੀ ਸੀ। ਵਸਦੇ ਸੂਰਜ ਦੀ ਗਰਮੀ ਤੋਂ ਅਸਗਰ ਦੀ ਲਾਸ਼ ਬਚਾਣੀ ਸੀ। ਕਰਬਲ ਦੀਆਂ ਤਪਦੀਆਂ ਰੇਤਾਂ ਵਿੱਚ ਸ਼ਾਹ ਪੁੱਤਰ ਦੀ ਕਬਰ ਬਣਾਣੀ ਸੀ। ਸ਼ਾਹ ਠੰਡੀਆਂ ਥਾਵਾਂ ਹੈ ਲੱਭਦਾ ਰਿਹਾ ਰੁਖਸਾਰ ਜ਼ਮੀਨ ਤੇ ਲਾ। ਸ਼ਬੀਰ ਭਿਰਾ ਦੀ ਗੁਰਬਤ ਦੇ ਹਾਏ ਹੁਸੈਨ। ਸ਼ਬੀਰ ਭਿਰਾ ਦੀ ਗੁਰਬਤ ਦੇ ਅਹਿਸਾਸ ਨੂੰ ਦਿਲ ਵਿੱਚ ਰੱਖਿਆ ਏ। ਦਰਿਆ ਤੂੰ ਤੁਰਦਿਆਂ ਅਸਗਰ ਨੂੰ ਉਹਨੇ ਨਾਲ ਆਬਾਦ ਕਜਿਆ ਏ। ਕਿਆ ਗਾਜ਼ੀ ਦੇ ਕੋਲੋਂ ਹੈ ਲੰਘਿਆ ਏ ਅਸਗਰ ਦੀ ਲਾਸ਼ ਛੁਪਾ ਕੇ। ਉਹਨੂੰ ਕਬਰ ਬਣਾਵਣ ਦੇ ਵੇਲੇ ਕਰਬਲ ਵਿੱਚ ਬਕੀਆ ਯਾਦ ਰਹੀ। ਕਦੀ ਬਾਬਾ ਬਾਬਾ ਵੈਣ ਕਰੇ ਕਦੇ ਦਾਸੀ ਹੱਥਾਂ ਨਾਲ ਕਬਰੇ ਹੈ ਅਸਗਰ ਦਾ ਸ਼ਬੀਰ ਨਿਸ਼ਾਨ ਮਿਟਾ ਕੇ।